ਨਾਵਾਂ ਨਾਂ ਰੱਖਿਆ ਜਾ ਰਿਹਾ ਇਕੱਠੇ ਹੋਣ ਦਾ ਕੀ ਮਤਲਬ? ਜਹੇਦਰ ਰਣਜੀਤ ਸਿੰਘ ਜੀ ਬ੍ਰਹਮਪੁਰਾ ਸਾਹਿਬ, ਜਹੇਦਰ ਸੇਵਾ ਸਿੰਘ ਸੇਖਵਾਂ ਸਾਹਿਬ, ਡਾਕਟਰ ਰਤਨ ਸਿੰਘ ਜੀ ਨਾਲਾ ਜੀ, ਸਰ ਜਾਗਰ ਸਿੰਘ ਵਡਾਲੀ, ਜਹੇਦਰ ਸਾਹਿਬ, ਹੋਰ ਵੀ ਜਹੇਦਰ ਸਰ ਮੱਖਣ ਸਿੰਘ ਜੀ, ਜੇ ਨਾਂ ਲਗਾਉਣਾ ਬੜੀ ਲੰਬੀ ਲਿਸਟ ਬਣ ਜਾਂਦੀ, ਵੱਖ ਵੱਖ ਪੰਜਾਬ 'ਚ ਸੂਬੇ 'ਚ ਇਕੱਤਰ ਹੋਏ ਆ। ਜਿਹੜਾ 1920 'ਚ 14 ਦਸੰਬਰ 1920 ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ, ਕਿਹੜਾ ਸਾਡੇ ਵੱਢ ਵਡੇਰਿਆਂ ਪੁਰਖਿਆਂ ਨੇ ਕਿਹੜਾ ਸੰਵਿਧਾਨ, ਕਿਹੜਾ ਵਿਧਾਨ ਸਾਜਿਆ ਸੀ, ਕਿਹੜੇ ਇਹ ਮਾਰਗ ਤੋਂ ਭੁੱਲ ਗਏ ਨੇ ਬਾਦਲ ਐਂਡ ਕੰਪਨੀ, ਕਿਹੜਾ ਇਹਨਾਂ ਨੇ ਜੇਬੇ 'ਚ ਪਾਇਆ ਪਿਆ ਆਪਣਾ ਅਕਾਲੀ ਦਲ ਬਣਾ ਕੇ। ਮੁੱਢਲਾ ਜਿਹੜਾ ਫਰਜ਼ ਸੀ ਸ਼੍ਰੋਮਣੀ ਅਕਾਲੀ ਦਲ, ਉਹ ਅਸੀਂ ਪੰਥਕ ਪਰੰਪਰਾਵਾਂ, ਪੰਜਾਬ ਦੀ ਬਿਹਤਰੀ ਅਤੇ ਗਰੀਬ ਨੂੰ ਤਕੜਾ ਕਰਨ ਲਈ ਇਹ ਸੰਵਿਧਾਨ ਬਣੇ ਸੀ। ਇਹ ਸਾਰੀ ਪਰੰਪਰਾ ਭੁੱਲ ਕੇ ਇਹਨਾਂ ਨੇ ਜਿਹੜੇ ਬਰਗਾੜੀ ਦਾ ਕੇਸ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀਆਂ ਬੇਦਬੀਆਂ ਹੋਈਆਂ ਨੇ, ਜਿਹੜੇ 2 ਨੌਜਵਾਨ ਸ਼ਹੀਦ ਹੋਏ ਨੇ, ਕਿਹੜੇ ਉਹ ਸੱਚੇ ਸੌਧ ਦੇ ਸੌਧ ਨੂੰ ਇਹਨਾਂ ਨੇ ਮਾਫ਼ੀ ਦਿੱਤਾ, ਆਪੇ ਮਾਫ਼ੀ ਦੇ ਕੇ 92 ਲੱਖ ਦੇ ਇਸ਼ਤਿਹਾਰ SGPC 'ਚੋਂ ਅਖਬਾਰਾਂ 'ਚ ਲਵਾਏ ਨੇ, ਉਹਨੂੰ ਮਾਫ਼ੀ ਦਿਵਾ, ਆਪੇ ਮਾਫ਼ੀ ਦੇ ਕੇ, ਜਦਕਿ ਉਹ ਮਾਫ਼ੀ ਮੰਗਣ ਵੀ ਨਹੀਂ ਆਇਆ। ਜਿਹੜਾ ਇਹਨਾਂ ਨੇ ਪੰਥ ਦਾ ਸੱਚ ਦਾ ਘਾਣ ਕੀਤਾ ਆ, ਅਸੀਂ ਇਹਨਾਂ ਪ੍ਰਾਈਵੇਟ ਕੰਪਨੀ ਇਹਦੀ, ਜਿਹੜੀ ਬਾਦਲ ਪ੍ਰਾਈਵੇਟ ਕੰਪਨੀ ਦੀ ਜੁੰਡਲੀ ਨੂੰ, ਸਿਆਲੇ ਭਣਵਈਏ ਦੀ ਕੰਪਨੀ ਨੂੰ ਦੂਰ ਕਰ ਅਸੀਂ ਮੁੱਢੋਂ ਨਕਾਰਦੇ ਹਾਂ। ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਸਿਧਾਂਤ ਸਾਡੇ ਵੱਢ ਵਡੇਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਬਣਾਇਆ ਸੀ, ਉਹ ਸਿਧਾਂਤ ਨੂੰ ਨਾਲ ਲੈ ਕੇ ਜੋ ਸਾਡੇ ਅੱਜ ਸੀਨੀਅਰ ਹੁਕਮ ਕਰਨਗੇ, ਗੁਰੂ ਸਾਹਿਬ ਦੇ ਮੀਰੀ ਪੀਰੀ ਦੇ ਮਾਲਕ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਅਕਾਲ ਤਖਤ ਸਾਹਿਬ ਤੋਂ ਜੋ ਸਾਨੂੰ ਇਹ ਹੁਕਮ ਹੋਊਗਾ ਸੱਚ ਦੀ ਅਤੇ ਗੁਰੂ ਦੀ ਗੱਲ ਕਰਕੇ ਲੋਕਾਂ ਦੀ ਕਚਹਿਰੀ ਜਾਵਾਂਗੇ ਅਤੇ ਦੱਸਾਂਗੇ ਕਿ ਸੱਚ ਕੀ ਆ ਅਤੇ ਝੂਠ ਕੀ ਆ। ਅੱਜ ਕੀ ਨਾਂ ਰੱਖਿਓਗੇ ਜੀ ਨਵੀਂ? ਇਹਦੇ ਪਹਿਲਾਂ ਦੇ ਸਾਡੇ ਸੀਨੀਅਰਸ ਬੈਠੇ ਆ, ਉੱਥੇ ਇਹਨਾਂ ਨੇ ਅਕਾਲ ਤਖਤ ਸਾਹਿਬ ਜਾ ਕੇ ਨਤਮਸਤਕ ਹੋ ਕੇ ਉੱਥੋਂ ਹੁਕਮਨਾਮਾ ਲੈ ਕੇ ਉਹ ਹੀ ਅਨਾਊਂਸ ਕਰਨਗੇ, ਜੋ ਹੁਕਮ ਕਿਹੜਾ ਵੀ ਨਾਂ ਰੱਖਣਗੇ, ਨਾਂ ਕੋਈ ਵੀ ਰੱਖ ਲਓ, ਪਰ ਜਿਹੜਾ ਮੁੱਢਲਾ ਸਿਧਾਂਤ ਆ, ਕਿਹੜਾ ਮੁੱਢਲੀਆਂ ਆਪਣੀਆਂ ਸਿੱਖੀ ਦੀਆਂ ਪਰੰਪਰਾਵਾਂ ਨੇ, ਪੰਜਾਬੀ 'ਚ ਹਰ ਧਰਮ ਮਜ਼ਹਬ, ਹਿੰਦੂ ਮੁਸਲਿਮ ਜਿਸ ਵਰਨ 'ਚ ਬੈਠੇ ਹਾਂ, ਜਿਸ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਆਏ ਹਾਂ, 4 ਵਰਨ ਦਾ ਅਨੁਸਾਰ ਜਾਏ, ਹਿੰਦੂ ਮੁਸਲਿਮ ਸਿੱਖ ਈਸਾਈ ਬੋਧੀ ਜੈਨੀ, ਹਰ ਧਰਮ ਦਾ, ਹਰ ਮਜ਼ਹਬ ਦਾ ਆਦਰ ਮਾਣ ਸਤਿਕਾਰ ਸਾਡੇ ਗੁਰੂ ਸਾਹਿਬ ਵੱਲੋਂ ਸਾਨੂੰ ਪਰੰਪਰਾਵਾਂ ਮਿਲੀਆਂ ਨੇ। ਇਹ ਸਾਰੀਆਂ ਪਰੰਪਰਾਵਾਂ ਨੂੰ ਦੇਖਦੇ ਹੋਏ ਸ੍ਰੀ ਜਿਹੜੇ ਸਾਡੇ ਵੱਢ ਵਡੇਰੇ ਨੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਇਹ ਜਿਹੜਾ ਬੁਨਿਆਦੀ ਢਾਂਚਾ ਐਲਾਨ ਕੀਤਾ ਸੀ, ਉਹਦੀ ਮੁੜ ਬਹਾਲੀ ਦੀ, ਉਹਨੂੰ ਸੋਧ ਕੇ, ਉਹਨੂੰ ਲੋਕਾਂ ਦੇ ਵਿੱਚ ਲਿਆ ਕੇ ਫਿਰ ਦੁਬਾਰਾ ਇਹਨੂੰ ਸੋਧ ਕੇ ਸੰਗਤ 'ਚ ਲੈ ਕੇ ਆਵਾਂ। ਕੋਈ ਅਕਾਲੀ ਦਲ ਦਾ ਵੱਡਾ ਲੀਡਰ ਕੋਈ ਤੁਹਾਡੇ ਆਉਣ ਦੀ? ਬ੍ਰਹਮਪੁਰਾ ਸਾਹਿਬ ਛੋਟੇ, ਕੋਈ ਉਸ ਤੋਂ ਵੱਡਾ ਕੋਈ ਬਜ਼ੁਰਗ ਮੇਰੇ ਛੋਟੇ ਲੀਡਰ ਨੇ, ਸੇਖਵਾਲ ਸਾਹਿਬ ਛੋਟੇ ਲੀਡਰ ਨੇ, ਸਰ ਮਨਮੋਹਨ ਸਿੰਘ ਸਿਆਲਾ ਛੋਟੇ ਲੀਡਰ ਕੀ ਹੁੰਦੇ ਆ, ਇੱਥੇ ਅੱਜ ਲੀਡਰ ਨਹੀਂ ਬਣਨਾ ਆਏ, ਅਸੀਂ ਲੀਡਰ ਨਹੀਂ ਆਏ ਇੱਥੇ, ਅੱਜ ਤੇ ਗੁਰੂ ਰਾਮਦਾਸ ਦੇ ਦਰ 'ਤੇ, ਸਾਹਿਬ ਗੁਰੂ ਸਾਰੇ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਦੇ ਹਜ਼ੂਰੀ 'ਚ ਆਏ ਹਾਂ, ਸ੍ਰੀ ਅਕਾਲ ਤਖਤ ਸਾਹਿਬ ਮੀਰੀ ਪੀਰੀ ਦੇ ਮਾਲਕ ਆਏ, ਉੱਥੇ ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਉੱਥੇ ਦੇ ਸੰਗਤ, ਜੋ ਸੰਗਤ ਆਮ ਇਜਲਾਸ ਸੰਗਤ ਦਾ ਕਰੂਗੀ, ਉਹ ਸਿਰ ਮੱਥੇ ਹੀ ਪ੍ਰਵਾਨ ਕਰਾਂਗੇ। ਕਿਹਦੇ ਨਾਲ ਮਾਫ਼ੀ ਮੰਗਣ ਦਾ ਡਰਾਮਾ ਕੀਤਾ ਸੀ, ਕੀ ਉਹਦੀ ਸੱਚਾਈ ਹੈ? ਜੀ ਉਹ ਘੱਟ ਘੱਟ ਕੀ ਜਾਣ ਭਰੇ ਬੁਲੇ ਕੀ ਪੀਰ ਪਛਾਣ, ਜਿਹੜਾ ਸੱਚੇ ਪਾਤਸ਼ਾਹ ਆ, ਜਿਹਨੂੰ ਕਿਹੜਾ ਬਗੈਰ ਥੰਮਾ ਦਿਖਲੋਤਾ, ਜਿੱਥੇ ਕਿਤੇ ਕੋਈ MP ਜਾਂ CM ਜਾਂ MLA ਜਾਂ ਕਿਸੇ ਮੁੱਖ ਮੰਤਰੀ ਦੀ ਅਰਦਾਸ ਨਹੀਂ, ਜਾਂ ਪ੍ਰਧਾਨ ਮੰਤਰੀ ਦੀ, ਰਾਸ਼ਟਰਪਤੀ ਦੀ ਅਰਦਾਸ ਨਹੀਂ ਜਾਣੀ, ਉਹ ਬਗੈਰ ਥੰਮਾ ਦਿਖਲੋਤਾ, ਜਿਹੜੀ ਸ਼ਕਤੀ ਆ, ਸੱਚ ਆ, ਜਿਹੜਾ ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਦੇਵੀ ਦੇਵਤਿਆਂ ਦਾ ਬਣਾਇਆ ਆ, ਉਹ ਜਿਹੜਾ ਮਾਫ਼ੀ ਤੁਸੀਂ ਗੱਲ ਕਰਦੇ ਪਏ, ਜਿੰਨੇ ਵੀ ਗੁਰੂ ਨਾਲ ਛੇੜਖਾਨੀ ਕੀਤੀ ਆ, ਭਾਵੇਂ ਕੋਈ ਧਨਾੜ ਹੋਵੇ ਆਪਣੇ ਘਰ 'ਚ, ਕੋਈ ਹੋਵੇ, ਗੁਰੂ ਨਹੀਂ ਬਖਸ਼ਦਾ ਬਗੈਰ ਥੰਮਾ ਦਿਖਲੋਤਾ, ਸੱਚਾਈ ਅਤੇ ਖੁਦਾਈ ਦਾ ਹਮੇਸ਼ਾ ਸੱਚਾਈ ਦਾ ਮੁੱਲ ਪੈਂਦਾ ਹੈ। ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ, 1 ਘੰਟੇ ਦੇ ਵਿੱਚ ਹੱਲ, ਵਸ਼ੀਕਰਨ ਮਾਹਿਰ, ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਵਿਆਹ, ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ, ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ, ਹਰ ਸਮੱਸਿਆ ਦਾ ਹੱਲ 101% ਗਾਰੰਟੀ ਦੇ ਨਾਲ ਕਰਾਂਗੀ, ਕਾਲੇ ਇਲਮ ਦਾ ਸਮਾਧਾਨ ਗਾਰੰਟੀ ਦੇ ਨਾਲ ਕਰਾਓ, ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ, ਸੰਪਰਕ ਕਰੋ 97 817 71 820।